ਸੁਪਨਾ ਫਿਲਮ 14 ਤਰੀਕ ਨੂੰ ਆ ਜਾਣੀ ਹੈ, ਲੇਕਿਨ ਉਸ ਤੋਂ ਪਹਿਲਾਂ ਜਦੋਂ ਆਪਾਂ ਇਸਦੀ ਮਿਊਜ਼ਿਕ ਦੀ ਗੱਲ ਕਰਦੇ ਹਾਂ, ਜਦੋਂ ਆਪਾਂ ਇਸਦੀ ਮਿਊਜ਼ਿਕ ਦੀ ਗੱਲ ਕਰਦੇ ਹਾਂ, ਮਿਊਜ਼ਿਕ ਦਾ ਪਹਿਲਾਂ ਗਾਣੇ ਰਿਲੀਜ਼ ਹੋਏ ਉਸ ਤੋਂ ਬਾਅਦ ਟ੍ਰੇਲਰ ਆਇਆ, ਕੀ ਇਹ ਸਟ੍ਰੈਟੇਜੀ ਦਾ ਤੁਹਾਨੂੰ ਪਤਾ ਸੀ? ਹਾਂ, ਮੈਨੂੰ ਪਤਾ ਸੀਗਾ, ਬਟ ਇਹ ਸਾਨੂੰ ਇਹ ਨਹੀਂ ਸੀ ਪਤਾ, ਸਾਨੂੰ ਇਹ ਸੀ ਪਹਿਲਾਂ ਅਸੀਂ ਸਿਰਫ ਇੱਕ ਗਾਣਾ ਰਿਲੀਜ਼ ਕਰਾਂਗੇ, ਫਿਰ ਮੈਨੂੰ ਇਹ ਪਤਾ ਲੱਗਿਆ ਸਿਰਫ ਦੋ ਗਾਣੇ ਪਹਿਲਾਂ ਰਿਲੀਜ਼ ਕਰਾਂਗੇ, ਫਿਰ ਉਹ ਟ੍ਰੇਲਰ ਕੱਟਦੇ ਕੱਟਦੇ ਐਡੀਟਿੰਗ ਕਰਦੇ ਕਰਦੇ ਜੱਗੀ ਭੱਜ ਗਏ, ਇੰਨੀ ਤਿੰਨ ਗਾਣੇ ਪਹਿਲਾਂ ਕਰਾਂਗੇ, ਫਿਰ ਟ੍ਰੇਲਰ ਕਰਾਂਗੇ, ਫਿਰ ਤਿੰਨ ਗਾਣੇ ਬਾਅਦ 'ਚ ਕਰਾਂਗੇ, ਤਾਂ ਇੱਦਾਂ ਹੋਇਆ ਭਾਅ ਜੀ। ਭਾਅ ਜੀ ਅਕਸਰ ਤਾਂ ਕਿਉਂਕਿ ਜਿਵੇਂ ਆਪਾਂ ਗੱਲ ਕੀਤੀ ਕਿ ਤੁਹਾਡੇ ਕੋਲ ਤੁਸੀਂ ਬਿਜ਼ੀ ਹੁੰਦੇ ਹੋ, ਕੀ ਐਮੀ ਨੇ ਕਿਹਾ ਤੁਸੀਂ ਪੂਰਾ ਮਿਊਜ਼ਿਕ ਕਰਨਾ, ਜਾਂ ਤੁਸੀਂ ਐਮੀ ਨੂੰ ਕਹਿੰਦੇ ਇੱਕ ਅੱਧਾ ਗਾਣਾ ਕਰਾ ਲੈ ਬਾਕੀ ਫਿਰ ਸਹੀ ਹੈ? ਸੁਣੋ ਤਾਂ ਜਦ ਫਿਲਮ ਕਰਾਂਗੇ ਤਾਂ ਪੂਰੀ ਫਿਲਮ ਕਰਾਂਗੇ। ਅੱਛਾ, ਅਸੀਂ ਵੈਸੇ ਵੀ ਕਿਹਾ ਹੋਇਆ ਵੀ ਸਾਨੂੰ ਜੇ ਫਿਲਮ ਅਸੀਂ ਕਰਨੀ ਹੈ ਤਾਂ ਪੂਰੀ ਇੱਕ ਇੱਕ ਗਾਣੇ ਕਰਦੇ ਨੇ, 4 ਮਿੰਟ ਟਾਈਮ ਮਿਲਿਆ ਸਾਨੂੰ। ਅੱਛਾ, ਨਹੀਂ ਇਹ ਸਿਰਫ ਇਸ ਮੂਵੀ ਨਾਲ ਹੈ ਕਿ ਤੁਸੀਂ ਪੂਰੇ ਦੇ ਪੂਰੇ ਗਾਣੇ, ਜਾਂ ਤੁਸੀਂ ਅੱਗੇ ਤੋਂ ਵੀ ਪੂਰੇ ਇਹ ਸਟ੍ਰੈਟੇਜੀ ਰੱਖੀ ਹੋਈ ਹੈ ਕਿ ਜੇ ਮਿਊਜ਼ਿਕ ਕਰਾਂਗੇ ਤਾਂ ਪੂਰੀ ਫਿਲਮ ਦਾ? ਪੂਰੀ ਫਿਲਮ ਦਾ ਸਰ। ਦੇਖੋ, ਜਿੱਦਾਂ ਕਿਸੇ ਦੋ ਹੋਰ ਕਿਸੇ ਦੇ ਗਾਣੇ, ਦੋ ਕਿਸੇ ਹੋਰ ਦੇ ਗਾਣੇ, ਦੋ ਸਾਡੇ ਗਾਣੇ, ਉਹ ਫਿਰ ਮਿਕਸ ਯਾਰ ਠੀਕ ਨਹੀਂ ਲੱਗਦਾ ਨਾ, ਅਸੀਂ ਜੇ ਕਰ ਰਹੇ ਹਾਂ ਤਾਂ ਪੂਰੀ ਫਿਲਮ ਦੇ ਕਰ ਰਹੇ ਨਹੀਂ ਕਰ ਰਹੇ। ਓਕੇ, ਵੀ ਭਰਾ ਜੀ ਤੁਹਾਡੇ ਜਿੰਨੇ ਵੀ ਗਾਣੇ ਆ, ਕੀ ਅੱਗੇ ਤੁਸੀਂ ਜਾਨੀ ਨੂੰ ਇਹ ਸਲਾਹ ਦਿੰਦੇ ਹੋ, ਤੂੰ ਜ਼ਿਆਦਾ ਫੀਚਰ ਹੋਇਆ ਕਰ, ਹੁਣ ਤੂੰ ਬਥੇਰਾ ਲਿਖ ਲਿਆ, ਤੂੰ ਅੱਗੇ ਆ? ਮੈਂ ਤਾਂ ਬੋਲਦਾ ਹੀ ਹਾਂ ਇਹਨਾਂ ਨੂੰ, ਇਹ ਕਹਿੰਦੇ ਨਹੀਂ ਨਹੀਂ ਦੇਖਦੇ ਹਾਂ, ਮੇਰਾ ਬੰਦਾ ਹੀ ਨਹੀਂ ਕਦੇ ਮਾਹੌਲ ਦਾ, ਮੈਨੂੰ ਐਵੇਂ ਬੈਕ ਹੀ ਠੀਕ ਹੈ, ਅਤੇ ਗਾਣੇ ਲਿਖੋ, ਉਹਦਾ ਵਧੀਆ ਵਧੀਆ ਗਾਣੇ ਲਿਖੋ, ਹੋਰ ਵਧੀਆ ਲਿਖੋ, ਥੋੜ੍ਹਾ ਨੈਸ਼ਨਲ ਵਾਈਬ ਗ੍ਰੇਟ ਹੋਵੇ, ਹੈ ਨਾ, ਬਸ ਇੰਨਾ ਵਧੀਆ ਆਪਾਂ ਨੂੰ, ਦੈਟਸ ਇਟ। ਜਿਵੇਂ ਹੁਣ ਐਮੀ ਭਾਅ ਜੀ ਹੁਣੇ ਗੱਲ ਕਰ ਰਹੇ ਸੀਗੇ, ਐਮੀ ਨਾਲ ਜਿਹੜੀ ਬੌਂਡਿੰਗ ਹੈਗੀ ਹੈ, ਕੀ ਉਹ ਬੌਂਡਿੰਗ ਦੀ, ਉਹ ਬੌਂਡਿੰਗ ਦੀ ਮੁਹੱਬਤ ਹੈ ਜਿਸ ਕਰਕੇ ਤੁਹਾਨੂੰ ਐਂ ਹੁੰਦਾ ਯਾਰ ਥੋੜ੍ਹਾ ਜਿਹਾ ਐਕਸਟਰਾ ਹੁੰਦਾ ਜੋ ਵੀ ਹੁੰਦਾ? ਨਹੀਂ ਭਾਅ ਜੀ, ਇਹ ਨਹੀਂ ਹੈ ਵੀ ਹਾਂ ਉਹ ਬੌਂਡਿੰਗ ਸਾਡੀ ਹੈਗੀ ਆ ਸ਼ੁਰੂ ਤੋਂ ਬਹੁਤ ਅੱਛੀ ਹੈ, ਇਹ ਨਹੀਂ ਕਿ ਸਿਰਫ ਐਮੀ ਭਾਅ ਜੀ, ਆਪਾਂ ਕਿਸੇ ਲਈ ਵੀ ਕੰਮ ਕਰਦੇ ਹਾਂ, ਉਹ ਸਾਡੀ ਮੇਰੇ ਖਿਆਲ ਤੋਂ ਸਾਡੀ ਐਸਾ ਇੰਡਸਟਰੀ 'ਚ ਕੋਈ ਵੀ ਨਹੀਂ ਹੈਗਾ ਜਿਹਦੇ ਨਾਲ ਨਹੀਂ ਬਣਦੀ ਹੋਣੀ ਸਾਡੀ, ਹੈ ਨਾ, ਸੋ ਅਸੀਂ ਸਾਰਿਆਂ ਲਈ ਉੱਦਾਂ ਹੀ ਵੀ ਦਿਲ ਲਗਾ ਕੇ ਜੇ ਅਸੀਂ ਉਹਨਾਂ ਨਾਲ ਕੰਮ ਕਰ ਰਹੇ ਹਾਂ ਅਤੇ ਆਪਣਾ ਅਸੀਂ ਬੈਸਟ ਹੀ ਦਿੰਦੇ ਹਾਂ। ਐਮੀ ਭਾਈ ਤਾਂ ਫੈਮਿਲੀ ਹੋ ਗਈ ਨਾ, ਮਤਲਬ ਉਹ ਫਰੈਂਡ ਜ਼ੋਨ 'ਚ ਵੀ ਬਾਹਰ ਨੇ, ਹੁਣ ਉਹ ਫੈਮਿਲੀ ਜ਼ੋਨ 'ਚ ਆ ਗਏ ਨੇ। ਹਾਂ, ਇਹ ਹੋ ਗਿਆ। ਜਿਵੇਂ ਹੁਣ ਅਕਸ਼ੇ ਕੁਮਾਰ ਭਾਅ ਜੀ ਉਹਨਾਂ ਨੂੰ ਤੁਸੀਂ ਜਿਵੇਂ ਅਸੀਂ ਪੂਰਾ ਪ੍ਰੋਪਰ ਉਹ ਕੀਤਾ ਸੀਗਾ, ਹੁਣ ਜੇ ਕੋਈ ਨੈਕਸਟ ਜਿਵੇਂ ਪੁੱਛਾਂ, ਕੋਈ ਹਜੇ ਤਿਆਰੀ ਹੈ ਕੁਝ, ਕੋਈ ਕੋਈ ਨੈਕਸਟ ਪ੍ਰੋਜੈਕਟ ਦੀ ਕੀ ਦੱਸ ਸਕਦੇ ਹੋ? ਬਾਲੀਵੁੱਡ ਕਿਸੇ ਆ ਰਿਹਾ ਭਾਜੀ ਹੁਣ ਫਿਲਹਾਲ? ਟੂ ਆ ਰਿਹਾ ਫਿਲਹਾਲ? ਟੂ ਬਸ, ਹਾਂ ਉਹ ਹੀ ਡਿਸਕਲੋਜ਼ ਕੀਤਾ। ਹਾਂ ਬਸ। ਓਕੇ, ਜੇ ਸਿਰਫ ਹੁਣ ਆਪਾਂ ਰਿਐਲਿਟੀ ਸ਼ੋਜ਼ ਦੀ ਗੱਲ ਕਰੀਏ, ਕੀ ਆਪ ਤੁਸੀਂ ਜਿਹੜੇ ਟੀਵੀ ਦੇ ਰਿਐਲਿਟੀ ਸ਼ੋਜ਼ ਹੁੰਦੇ ਜਿਵੇਂ ਬਿਗ ਬੋਸ ਵਗੈਰਾ, ਉਹ ਦੇਖਣ ਦੀ ਕੋਈ ਇੱਛਾ ਹੁੰਦੀ ਹੈ, ਜਾਂ ਤੁਹਾਨੂੰ ਕਲਿਪਿੰਗ ਮਿਲਦੀਆਂ ਆਹ ਸਿਆਪਾ ਪੈ ਗਿਆ, ਇਹ ਹੋ ਗਿਆ, ਕਿਉਂਕਿ ਖਾਸ ਤੌਰ 'ਤੇ ਪੰਜਾਬ ਦੀਆਂ ਕੁੜੀਆਂ ਕਰਕੇ ਕਹਿ ਰਹੇ? ਨਹੀਂ ਨਹੀਂ, ਮੈਨੂੰ ਤਾਂ ਇੱਦਾਂ ਮੇਰੇ ਨਾਲ ਮੁੰਡੇ ਮਿਊਜ਼ੀਸ਼ੀਅਨਸ ਹੁੰਦੇ ਨੇ, ਉਹ ਦੇਖਦੇ ਰਹਿੰਦੇ ਨੇ, ਹਾਂ ਤਾਂ ਫਿਰ ਮੈਂ ਬਸ ਥੋੜ੍ਹਾ ਬਹੁਤ ਦੇਖ ਲਿਆ, ਬਟ ਇੰਨਾ ਟਾਈਮ ਲੱਗਦਾ ਨਹੀਂ ਮੈਨੂੰ, ਮੈਂ ਹੁਣ ਦੇਖਾਂਗਾ ਜੇ ਮੈਨੂੰ ਮੌਕਾ ਮਿਲਿਆ ਤੇ, ਪਰ ਮੈਂ ਇੰਨਾ ਇਹ ਵਾਲਾ ਬਿਗ ਬੋਸ ਨਹੀਂ ਦੇਖਿਆ, ਵਰਨਾ ਮੈਂ ਬਿਗ ਬੋਸ ਬਹੁਤ ਦੇਖਦਾ। ਜਾਨੀ ਕੀ ਲੱਗਦਾ ਕੌਣ ਜਿੱਤੂ ਇਸ ਵਾਰੀ? ਭਾਜੀ ਮੈਂ ਨਾ ਬਾਹਲਾ ਜ਼ਿਆਦਾ ਫੋਲੋ ਨਹੀਂ ਕਰਦਾ, ਬਟ ਮੈਂ ਜਿੰਨਾ ਕੁ ਫੋਲੋ ਕਰਦਾ ਤੇ ਮੈਨੂੰ ਲੱਗਦਾ ਕੋਈ ਵੀ ਜਿੱਤਦੇ ਸਾਰੇ ਇੱਕੋ ਜਿਹੇ ਨੇ, ਮੈਂ ਬਾਹਲਾ ਫੋਲੋ ਨਹੀਂ ਕਰਦਾ, ਕੋਈ ਗਾਣੇ ਕਿਹੜੇ ਟਾਈਮ ਲਿਖਣੇ ਫਿਰ। ਚਲੋ ਭਾਈ, ਸਾਡੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾ।